6 ਤਰੀਕ ਨੂੰ ਇਸ ਘਰ ਦੀ ਜਿਹੜੀ ਧੀ ਹੈ ਉਹਦਾ ਵਿਆਹ ਹੈ। ਚੂੜਾ ਜਿਹੜਾ ਚੂੜੀ ਬੈਂਗਲ ਸੈਰਾਮਨੀ ਦੀ ਰਸਮ ਜ਼ਰੂਰ ਹੋ ਚੁੱਕੀ ਹੈ। ਬੈਂਗਲ ਸੈਰਾਮਨੀ ਤੁਸੀਂ ਚੂੜੀਆਂ ਉਸ ਧੀ ਦੇ ਹੱਥ 'ਚ ਦੇਖ ਸਕਦੇ ਹੋ। ਕਿ ਇਸ ਕਮਰੇ ਦੀ ਜਿਹੜੀ ਛੱਤ ਹੈ ਉਹਦੇ ਹਾਲਾਤ ਵੀ ਤਰਸਨ ਯੋਗ ਹੈ, ਉਹ ਕਿਸੇ ਵੇਲੇ ਵੀ ਡਿੱਗ ਸਕਦੀ ਹੈ। ਇਹ ਬਾਥਰੂਮ ਵੀ ਹੈ, ਇਸ ਨੂੰ ਕਿਚਨ ਦੇ ਤੌਰ 'ਤੇ ਵੀ ਵਰਤਿਆ ਜਾਂਦਾ ਵਾ। ਅੰਮ੍ਰਿਤਸਰ ਦੇ ਮਕਬੂਲਪੁਰਾ ਏਰੀਏ ਦੇ ਵਿੱਚ ਅਸੀਂ ਇੱਕ ਘਰ ਦੇ ਬਾਹਰ ਖੜੇ ਹਾਂ। ਇਹ ਖਬਰ ਤੁਹਾਨੂੰ ਦਿਖਾਉਣ ਦਾ ਸਾਡਾ ਮਕਸਦ ਕੁਛ ਅਲੱਗ ਹੈ। ਇਸ ਜਿਸ ਘਰ ਦੇ ਬਾਹਰ ਅਸੀਂ ਖੜੇ ਹਾਂ, ਇਸ ਘਰ ਦੇ ਵਿੱਚ ਰਹਿਣ ਵਾਲੀ ਇੱਕ ਧੀ ਦਾ 6 ਤਰੀਕ ਨੂੰ ਵਿਆਹ ਹੈ, 6 ਅਕਤੂਬਰ ਨੂੰ। ਲੇਕਿਨ ਘਰ ਦੇ ਹਾਲਾਤ ਤੇ ਉਹਨਾਂ ਦੇ ਜੀਵਨ ਦੇ ਹਾਲਾਤ ਤੁਹਾਨੂੰ ਆਪਣੀ ਖਬਰ ਦੇ ਰਾਹੀਂ ਜ਼ਰੂਰ ਦਿਖਾਵਾਂਗੇ। ਸਭ ਤੋਂ ਪਹਿਲਾਂ ਇਹ ਉਹ ਘਰ ਹੈ ਜਿੱਥੇ ਧੀ ਦਾ 6 ਅਕਤੂਬਰ ਨੂੰ ਵਿਆਹ ਨਿਸ਼ਚਿਤ ਹੋਇਆ ਹੈ, ਲੇਕਿਨ ਹਾਲੇ ਤੱਕ ਵਿਆਹ ਦੀ ਕੋਈ ਵੀ ਤਿਆਰੀ ਨਜ਼ਰ ਨਹੀਂ ਆ ਰਹੀ ਹੈ। ਸੋ ਇਹ ਉਸ ਘਰ ਦੀ ਵਿਹੜੇ ਦੀ ਛੱਤ ਹੈ ਜਿੱਥੇ ਬਰਾਤ ਆਉਣੀ ਹੈ 6 ਤਰੀਕ ਨੂੰ। ਸੋ ਅੱਗੇ ਤੁਸੀਂ ਦੋ ਕਮਰੇ ਦੇਖ ਸਕਦੇ ਹੋ, ਇੱਕ ਕਮਰਾ ਜ਼ਰੂਰ ਖੁੱਲ੍ਹਾ ਹੈ, ਲੇਕਿਨ ਇਸ ਕਮਰੇ ਨੂੰ ਬੰਦ ਕਰ ਦਿੱਤਾ ਗਿਆ ਕਿਉਂਕਿ ਇਸ ਕਮਰੇ ਦੀ ਜਿਹੜੀ ਛੱਤ ਹੈ ਉਹਦੇ ਹਾਲਾਤ ਵੀ ਤਰਸਨ ਯੋਗ ਹੈ, ਉਹ ਕਿਸੇ ਵੇਲੇ ਵੀ ਡਿੱਗ ਸਕਦੀ ਹੈ। ਸੋ ਇਸ ਕਮਰੇ ਨੂੰ ਰਹਿਣ ਤੋਂ ਬਿਲਕੁਲ ਬੰਦ ਕਰ ਦਿੱਤਾ ਗਿਆ। ਇਸ ਕਮਰੇ 'ਚ ਕੋਈ ਵੀ ਨਹੀਂ ਰਹਿੰਦਾ। ਇੱਥੇ ਸਮਾਨ ਜ਼ਰੂਰ ਥੋੜ੍ਹਾ ਬਹੁਤਾ ਤੁਸੀਂ ਦੇਖ ਸਕਦੇ ਹੋ, ਜਿਹੜਾ ਘਰ ਦਾ ਵੇਸਟੇਜ ਸਮਾਨ ਹੈ ਉਹ ਰੱਖਿਆ ਹੋਇਆ। ਸੋ ਇੱਕ ਤੁਹਾਨੂੰ ਇਸ ਘਰ ਦੇ ਬਾਥਰੂਮ ਅਤੇ ਕਿਚਨ ਤੁਹਾਨੂੰ ਦੋਵੇਂ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਇਹ ਬਾਥਰੂਮ ਵੀ ਹੈ, ਇਸ ਨੂੰ ਕਿਚਨ ਦੇ ਤੌਰ 'ਤੇ ਵੀ ਵਰਤਿਆ ਜਾਂਦਾ ਵਾ, ਬਰਤਨ ਵੀ ਰੱਖੇ ਹੈ। ਸੋ ਇਹ ਇਸ ਘਰ ਦੇ ਹਾਲਾਤ ਹੈ। ਤੁਸੀਂ 6 ਤਰੀਕ ਨੂੰ ਇਸ ਘਰ ਦੀ ਜਿਹੜੀ ਧੀ ਹੈ ਉਹਦਾ ਵਿਆਹ ਹੈ, ਚੂੜਾ ਜਿਹੜਾ ਚੂੜੀ ਬੈਂਗਲ ਸੈਰਾਮਨੀ ਦੀ ਰਸਮ ਜ਼ਰੂਰ ਹੋ ਚੁੱਕੀ ਹੈ। ਬੈਂਗਲ ਸੈਰਾਮਨੀ ਤੁਸੀਂ ਚੂੜੀਆਂ ਉਸ ਧੀ ਦੇ ਹੱਥ 'ਚ ਦੇਖ ਸਕਦੇ ਹੋ। ਉਸ ਧੀ ਦੇ ਨਾਲ ਉਸਦੀ ਮਾਤਾ ਵੀ ਮੌਜੂਦ ਹੈ। ਸੋ ਘਰ ਦੇ ਹਾਲਾਤ ਤੁਸੀਂ ਸਾਰੇ ਦੇਖ ਚੁੱਕੇ ਹੋ। ਸੋ ਪਰਿਵਾਰ ਨਾਲ ਗੱਲ ਕਰਾਂਗੇ ਕਿ ਆਖਿਰ ਵਿਆਹ ਤਾਂ ਨਿਸ਼ਚਿਤ ਹੋਇਆ ਹੈ, ਲੇਕਿਨ ਵਿਆਹ ਹੋਏਗਾ ਕਿਵੇਂ? ਬੇਟਾ ਸਭ ਤੋਂ ਪਹਿਲਾਂ ਤੇਰਾ ਨਾਮ ਕੀ ਹੈ? ਕੋਮਲ, ਵਿਆਹ ਨਿਸ਼ਚਿਤ ਹੋਇਆ ਹੈ, ਲੇਕਿਨ ਹੁਣ ਪਰੇਸ਼ਾਨੀਆਂ ਜ਼ਰੂਰ ਜ਼ਿਆਦਾ ਵਧੀਆ ਵੈ ਕਿ ਵਿਆਹ ਹੋਣਾ ਕਿਵੇਂ ਹੈ, ਕਿਉਂਕਿ ਨਾ ਤਾਂ ਪੈਸਾ ਵੈ, ਨਾ ਹੀ ਹਾਲੇ ਤੱਕ ਕੋਈ ਤਿਆਰੀਆਂ ਹੋਈਆਂ, ਅਤੇ ਘਰ ਦੀ ਛੱਤ ਵੀ ਡਿੱਗਣ ਦੇ ਕਗਾਰ 'ਤੇ ਹੈ। ਸੋ ਕੀ ਪਲੈਨ ਕੀਤਾ, ਕੀ ਸੋਚਿਆ ਕਿ ਪਰੇਸ਼ਾਨੀਆਂ ਜੋ ਜੋ ਦਿਨ ਲੱਗ ਜਾਂਦੇ ਪਏ, ਪਰੇਸ਼ਾਨੀਆਂ ਵਧੀਆ ਹੋਈਆਂ? ਮੈਨੂੰ ਤਾਂ ਇਹ ਲੱਗ ਰਿਹਾ ਹੈ ਕਿ ਵਿਆਹ ਕਿੱਦਾਂ ਹੋਊਗਾ, ਕਿਉਂਕਿ ਨਾ ਪਾਪਾ ਦੀ ਵੀ ਤਨਖਾਹ ਬਹੁਤ ਘੱਟ ਹੈ, 300 ਰੁਪਇਆ ਲਿਆਉਂਦੇ, ਦਿਹਾੜੀ ਕਰਦੇ ਆ, ਮੰਮਾ ਵੀ ਦਿਹਾੜੀ ਕਰਦੇ ਆ, ਕੋਈ ਸਾਡੇ ਘਰ ਵਿੱਚ ਵਿਆਹ ਵਾਲੀ ਕੋਈ ਵੀ ਤਿਆਰੀ ਨਹੀਂ ਹੈਗੀ, ਸਾਡਾ ਘਰ ਲੱਗਦਾ ਹੀ ਨਹੀਂ ਹੈ ਕਿ ਜਿਵੇਂ ਵਿਆਹ ਵਾਲਾ ਹੋਊਗਾ। ਮੈਂ ਇਹੋ ਚਾਹੁੰਦੀ ਹਾਂ ਕਿ ਮੇਰੀ ਹੈਲਪ ਕੀਤੀ ਜਾਵੇ ਕਿ ਵਧੀਆ ਮੇਰਾ ਵਿਆਹ ਹੋ ਜਾਵੇ। ਸੋ ਮਾਂ ਦੀ ਅੱਖਾਂ 'ਚ ਹੰਝੂ ਵੀ ਤੁਸੀਂ ਦੇਖ ਸਕਦੇ ਹੋ, ਕਿਉਂਕਿ ਜਦੋਂ ਧੀ ਦਾ ਘਰ ਵਿਆਹ ਰੱਖਿਆ ਹੋਏ ਇੱਕ ਖੁਸ਼ੀ ਵੀ ਹੁੰਦੀ ਹੈ, ਲੇਕਿਨ ਇਸ ਘਰ ਦੇ ਵਿੱਚ ਦੁੱਖ ਜ਼ਿਆਦਾ ਵੈ, ਖੁਸ਼ੀਆਂ ਘੱਟ ਹੈ। ਸੋ ਮਾਤਾ ਜੀ ਵੀ ਸਾਡਾ ਮੌਜੂਦ ਹੈ। ਮਾਂ ਜੀ, ਜਦੋਂ ਵਿਆਹ ਕਦੋਂ ਰੱਖਿਆ ਸੀ ਤੁਸੀਂ, ਵੇਖਾ ਵਿਖਾਈ ਕਦੋਂ ਹੋਈ ਸੀ, ਅਤੇ ਉਸ ਤੋਂ ਬਾਅਦ ਕੀ ਜੋ ਜੋ ਦਿਨ ਲੱਗ ਜਾਂਦੇ ਪਏ, ਪਰੇਸ਼ਾਨੀਆਂ ਵਧੀਆਂ ਪਈਆਂ ਕਿ ਕਰਦੀਆਂ ਪਈਆਂ? ਸੁੱਝਣ ਨਹੀਂ ਦਿਆ ਵੀ ਕਰਨਾ ਕੀ, ਵਿਆਹ ਕਿਸ ਤਰ੍ਹਾਂ ਕਰਨਾ ਵਾ, ਔਰ ਇੰਨੀ ਕੁ ਮਤਲਬ ਗੁਜਾਇਸ਼ ਵੀ ਨਹੀਂ ਹੈਗੀ ਕਿ ਮੈਂ ਆਪਣੀ ਧੀ ਦਾ ਵਿਆਹ ਕਰ ਸਕਾਂ ਵਧੀਆ ਵਧੀਆ। ਉਹ ਮਾਂ ਦੀ ਮਾਂ ਪਿਓ ਦੀ ਗੁਜਾਇਸ਼ ਹੁੰਦੀ ਹੈ ਕਿ ਆਪਣੀ ਧੀ ਪੁੱਤ ਦਾ ਵਧੀਆ ਕਰੀਏ, ਪਰ ਸਾਡੇ ਕੋਲ ਕੁਝ ਹੈਗਾ ਨਹੀਂ, ਤੋਂ ਪਰੇਸ਼ਾਨੀ ਬਹੁਤ ਹੈ ਸਾਡੇ। ਮਤਲਬ ਹੰਝੂ ਅੱਖਾਂ 'ਚ ਪਰੇਸ਼ਾਨੀਆਂ ਕਰਕੇ ਹੈ, ਕਿਉਂਕਿ
ਇੱਕ ਜਦੋਂ ਡੋਲੀ ਤੋਰਨੀ ਹੋਏ ਮਾਂ ਅਕਸਰ ਵਿਦਾ ਕਰਨ ਲੱਗੇ ਆ ਧੀ ਨੂੰ ਰੋਂਦੀ ਹੈ, ਲੇਕਿਨ ਤੁਹਾਡੇ ਇਹ ਹੰਝੂ ਉਹ ਪਰੇਸ਼ਾਨੀਆਂ ਕਰਕੇ ਆ ਕਿ ਡੋਲੀ ਵਿਦਾ ਕਿਵੇਂ ਕੀਤੀ ਜਾਏਗੀ? ਨਹੀਂ ਸੋਚਿਆ ਨਹੀਂ ਵੀ ਕਿਸ ਤਰ੍ਹਾਂ ਕਰਨਾ ਹੋਊਗਾ। ਅੱਗੋਂ ਅੱਗੋਂ ਕੀ ਸੋਚਿਆ ਵਾ? ਵਿਆਹ ਕਦੋਂ ਰੱਖਿਆ ਸੀ? ਕਿੰਨਾ ਟਾਈਮ ਹੋ ਗਿਆ ਅਦੇ ਰਿਸ਼ਤਾ ਹੋਏ ਨੂੰ? ਪੰਜ ਕੁ ਮਹੀਨੇ ਹੋ ਗਏ। ਤੇ ਮੁੰਡਾ ਕੀ ਕੰਮ ਕਰਦਾ? ਬਹੁਤ ਦੁਕਾਨ ਤੇ ਕੰਮ ਕਰਦਾ ਐਸਪਲਾਨ। ਅਸੀਂ ਤੁਹਾਡਾ ਕਿਚਨ ਤੇ ਬਾਥਰੂਮ ਦੋਵੇਂ ਚੀਜ਼ਾਂ ਵੇਖੀਆਂ, ਦੋਵੇਂ ਇਕੱਠੀਆਂ ਹੀ ਆ, ਸੋ ਕਿਵੇਂ ਗੁਜ਼ਾਰਾ ਕਰਦੇ ਹੋ ਤੁਸੀਂ? ਜਿੱਥੇ ਤੁਸੀਂ ਬਾਥਰੂਮ ਦੇ ਲਈ ਵਰਤਿਆ ਜਾਂਦਾ ਉਹੀ ਤੁਸੀਂ ਕਿਚਨ ਵਰਤਦੇ ਹੋ? ਹਾਂਜੀ, ਬਹੁਤ ਮੁਸ਼ਕਲ ਹੈਗੀ ਆ। ਡਰ ਲੱਗਦਾ ਵਾ ਕਿ ਜਿਸ ਘਰ ਦੇ ਵਿੱਚ ਬਰਾਤ ਆਣੀ ਹੈ ਉਸ ਘਰ ਦੀ ਛੱਤ ਜਿਹੜੀ ਦੇ ਹਾਲਾਤ ਤਰਸਨਯੋਗ ਹੈ, ਕਿਸੇ ਵੇਲੇ ਵੀ ਡਿੱਗ ਸਕਦੀ? ਇੱਕ ਕਮਰਾ ਤੁਸੀਂ ਪਹਿਲਾਂ ਬੰਦ ਕੀਤਾ ਕਿ ਕਿਤੇ ਉਹਦੀ ਉਸਦੀ ਛੱਤ ਨਾ ਡਿੱਗ ਪਏ? ਹਾਂਜੀ, ਉਧਰ ਸਾਡਾ ਕਮਰਾ ਹੀ ਉਧਰ ਰਹਿੰਦੇ ਸੀ, ਉਦੋਂ ਸਾਰੀ ਛੱਤ ਉੱਪਰ ਡਿੱਗੀ ਵੀ ਸਾਡੇ ਉੱਤੇ ਨਾ ਡਿੱਗ ਜੇ। ਤੋ ਆ ਕਮਰਾ ਫਿਰ ਖੁਲਾ ਲਿਆ ਸੀ ਆਪਣੇ, ਇੱਧਰ ਫਿਰ ਆਪਣਾ ਰੋਟੀ ਪਾਣੀ ਵੀ ਜਿੱਦਾਂ ਵੀ ਗੁਜ਼ਾਰਾ ਸਾਡਾ ਦਾ, ਕਦੀ ਰੋਟੀ ਖਾਈ ਦੀ ਕਦੇ ਨਹੀਂ ਵੀ ਖਾਈ ਦੀ। ਮਤਲਬ ਸਾਡਾ ਬੱਤੀ ਦਾ ਸਿਸਟਮ ਨਹੀਂ ਕੋਈ ਹੈਗਾ, ਮਤਲਬ ਸਿਲੰਡਰ ਚੁੱਲ੍ਹਾ ਵੀ ਨਹੀਂ ਹੈਗਾ, ਇਸ ਤਰ੍ਹਾਂ ਹੀ ਕਦੀ ਰੋਟੀ ਖਾਂਦੇ ਨਹੀਂ ਵੀ ਖਾਂਦੇ, ਬਹੁਤ ਹਾਲਾਤ ਮਾੜੇ ਆ। ਕਿੰਨੀ ਕਿੰਨੀ ਦਿਹਾੜੀ ਤੁਸੀਂ ਕਮਾ ਲੈਂਦੇ ਹੋ ਹਰ ਰੋਜ਼ ਜੇ ਗੱਲ ਕਰੀਏ, ਤੇ ਕਿੰਨੇ ਪੈਸੇ ਕਮਾ ਲੈਂਦੇ? ਘਰਾਂ ਦਾ ਕੰਮ ਕਰੀਦਾ ਇਸ ਤਰ੍ਹਾਂ 400-500 ਦੇ ਦਿੰਦੇ ਆ। ਇਹਦੇ ਪਾਪਾ ਵੀ ਘੱਟ ਹੀ ਕਮਾਉਂਦੇ ਤੇ ਬੜੀ ਟੈਨਸ਼ਨ, ਉਹਨਾਂ ਨੂੰ ਪਰੇਸ਼ਾਨੀ ਬਹੁਤ ਆ। ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ? ਕਿਉਂਕਿ ਬੜੀ ਸਮਾਜ ਸੇਵੀ ਸੰਸਥਾਵਾਂ ਮੈਂ ਬੜੀ, ਪਹਿਲਾਂ ਵੀ ਸਾਡੇ ਕੋਲ ਐਸੇ ਇਹੋ ਜਿਹੇ ਮਾਮਲੇ ਸਾਹਮਣੇ ਆਏ ਆ ਕਿ ਧੀ ਦਾ ਵਿਆਹ ਰੱਖਿਆ ਹੁੰਦਾ ਲੇਕਿਨ ਪੈਸਾ ਨਹੀਂ ਹੁੰਦਾ, ਲੇਕਿਨ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ? ਅਸੀਂ ਕਹਿੰਦੀ ਭੈਣ ਭਰਾ ਮੜੀ ਹੱਥ ਜੋੜ ਕੇ ਕਹਿੰਦੀ ਕਿ ਸਾਡੀ ਮਦਦ ਕੀਤੀ ਜਾਵੇ। ਸੋ ਮਾਂ ਦੀ ਹੱਕਾਂ 'ਚ ਹੰਝੂ ਤੁਸੀਂ ਦੇਖ ਸਕਦੇ ਹੋ, ਲੇਕਿਨ ਇਹ ਹੰਝੂ ਖੁਸ਼ੀ ਦੇ ਨਹੀਂ ਹੈ ਬਲਕਿ ਕਈ ਪਰੇਸ਼ਾਨੀਆਂ ਦੇ ਹੈ। ਕਈ ਚੀਜ਼ਾਂ ਮਾਂ ਦੇ ਮਨ ਦੇ ਵਿੱਚ ਇਸ ਵੇਲੇ ਆ ਰਹੀਆਂ ਵੈ ਕਿ ਧੀ ਦੇ ਵਿਆਹ ਨੂੰ ਮਹਿਜ਼ 10 ਦਿਨ ਬਚੇ ਹੈ, ਲੇਕਿਨ ਉਸ ਧੀ ਨੂੰ ਵਿਦਾ ਕਿਵੇਂ ਕੀਤਾ ਜਾਏਗਾ, ਡੋਲੀ ਕਿਵੇਂ ਭੇਜੀ ਜਾਏਗੀ? ਕਿਉਂਕਿ ਜਿਸ ਘਰ ਦੇ ਵਿੱਚ ਬਰਾਤ ਆਉਣੀ ਹੈ ਉਸ ਘਰ ਦੀ ਛੱਤ ਦੇ ਹਾਲਾਤ ਵੀ ਤਰਸਨਯੋਗ ਹੈ। ਸੋ ਮਦਦ ਦੀ ਗੁਹਾਰ ਜ਼ਰੂਰ ਉਹ ਲੋਕਾਂ ਕੋਲ ਲਗਾਈ ਜਾ ਰਹੀ ਹੈ ਜਿਹੜੇ ਇਹ ਪਰਿਵਾਰ ਦੀ ਮਦਦ ਕਰ ਸਕਦੇ ਹੈ, ਇਸ ਧੀ ਦੀ ਡੋਲੀ ਨੂੰ ਵਿਦਾ ਕਰਨ ਦੇ ਵਿੱਚ ਸਹਾਇਤਾ ਕਰ ਸਕਦੇ ਹੈ। ਸੋ ਸਾਡਾ ਤੁਹਾਨੂੰ ਖਬਰ ਦਿਖਾਉਣ ਦਾ ਮਕਸਦ ਇਹੋ ਹੀ ਕਿ ਅਗਰ ਕੋਈ ਇਸ ਪਰਿਵਾਰ ਦੀ ਹੈਲਪ ਕਰ ਸਕਦਾ, ਅਗਰ ਕੋਈ ਸਹਾਇਤਾ ਕਰਨਾ ਚਾਹੁੰਦਾ ਤਾਂ ਇਸ ਪਰਿਵਾਰ ਦੀ ਸਹਾਇਤਾ ਜ਼ਰੂਰ ਕੀਤੀ ਜਾਏ।